ਬੀਜੇਪੀ ਦੀ ਹਰਿਆਣੇ ਦੀ ਸਰਕਾਰ ਹੈ ਉਹਨੇ ਸਾਰਾ ਬਾਰਡਰ ਜਿਹੜਾ ਸੀਲ ਕਰ ਦਿੱਤਾ ਹੋਇਆ ਔਰ ਜਥੇਬੰਦੀਆਂ ਨੂੰ ਇਹ ਪਹਿਲਾਂ ਹੀ ਪਤਾ ਹੋਇਆ ਸੀ ਵੀ ਦਿੱਲੀ ਇਹਨਾਂ ਨੇ ਸਾਨੂੰ ਜਾਣ ਨਹੀਂ ਦੇਣਾ ਇਸ ਕਰਕੇ ਜਥੇਬੰਦੀਆਂ ਨੇ ਐਲਾਨ ਕੀਤਾ ਹੋਇਆ ਜਿੱਥੇ ਰੁਕਣਗੇ ਉੱਥੇ ਹੀ ਪੱਕਾ ਮੋਰਚਾ ਜਿਹੜਾ ਉਹ ਲਾ ਦਿੱਤਾ ਜਾਊਗਾ ਔਰ ਉਹ ਲਗਾਤਾਰ ਪੱਕਾ ਮੋਰਚਾ ਜਿਹੜਾ ਉਹ ਚੱਲੂਗਾ ਹਰਿਆਣੇ ਦੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਰਹੀਆਂ ਵਾ ਕੀ ਕਹਿਣਾ ਚਾਹੋਗੇ ਬਿਲਕੁਲ ਸਰਕਾਰ ਜਿਹੜੀ ਆ ਹਰਿਆਣੇ ਦੀਆਂ ਨਹੀਂ ਪੂਰੇ ਦੇਸ਼ 'ਚ ਕਿਸਾਨ ਆਗੂਆਂ ਨੂੰ ਜਿਹੜਾ ਉਹ ਅਰੈਸਟ ਕੀਤਾ ਗਿਆ ਜੀ ਇਹਦੀ ਅਸੀਂ ਨਿਖੇਧੀ ਕਰਦੇ ਹਾਂ ਔਰ ਸਰਕਾਰ ਜਦੋਂ ਅੰਦੋਲਨ ਨੂੰ ਦਬਾਉਣ ਲਈ ਗ੍ਰਿਫਤਾਰੀਆਂ ਦਾ ਆਸਰਾ ਲੈਂਦੀ ਆ ਤਾਂ ਇਹਦਾ ਮਤਲਬ ਵੀ ਅੰਦੋਲਨ ਵੱਡਾ ਹੋ ਰਿਹਾ ਸਰਕਾਰ ਉਸ ਨੂੰ ਰੋਕਣਾ ਚਾਹੁੰਦੀ ਆ ਪਰ ਸਾਰੀਆਂ ਗੱਲਾਂ ਦੇ ਬਾਵਜੂਦ ਇਹ ਅੰਦੋਲਨ ਜਿਹੜਾ ਉਹ ਵੱਡਾ ਹੋ ਜਾਊਗਾ ਸਰਕਾਰ ਨੂੰ ਇਹ ਅੰਦੋਲਨ ਧਾਕੇ ਜਿਹੜਾ ਉਹ ਪਿੱਛੇ ਲਾਏਗਾ ਆਪਣੀਆਂ ਮੰਗਾਂ ਜਿਹੜੀਆਂ ਉਹ ਮਨਵਾਏਗਾ ਜੀ ਇਹਨੂੰ ਕੇਂਦਰ ਸਰਕਾਰ ਵੱਲੋਂ ਪਹਿਲਾਂ ਵੀ ਮੀਟਿੰਗ 'ਤੇ ਬੁਲਾਇਆ ਗਿਆ ਕਿਸਾਨਾਂ ਨੂੰ ਤਾਂ ਉਹਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਪਰ ਹੁਣ 3 ਤਰੀਕ ਨੂੰ ਫਿਰ ਸੱਦਾ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਉਸਦੇ ਵਿੱਚ ਕੋਈ ਸਿੱਟਾ ਨਿਕਲਿਆ ਇਹ ਸੱਦਾ ਇੱਕ ਸਾਨੂੰ ਤਾਂ ਲੱਗਦਾ ਵੀ ਇਸ ਅੰਦੋਲਨ ਦੇ ਦਬਾਅ ਥੱਲੇ ਦਿੱਤਾ ਗਿਆ ਔਰ ਇਸ ਅੰਦੋਲਨ ਨੂੰ ਗੁੰਮਰਾਹ ਕਰਨ ਲਈ ਦਿੱਤਾ ਗਿਆ 3 ਤਰੀਕ ਦਾ ਸੱਦੇ ਦਾ ਕੋਈ ਤੁੱਕ ਨਹੀਂ ਬਣਦੀ ਜਦੋਂ 26-27 ਨੂੰ ਕਿਸਾਨ ਜਿਹੜੇ ਆ ਉਹ ਦਿੱਲੀ ਜਾ ਰਿਹਾ ਤਾਂ ਉਹਨਾਂ ਨੂੰ 3 ਤਰੀਕ ਦਾ ਸੱਦਾ ਦੇਣਾ ਜਿਹੜਾ ਉਹ ਐਵੇਂ ਇੱਕ ਫਾਰਮੈਲਿਟੀ ਕਰਨ ਵਾਲੀ ਗੱਲ ਆ ਸਰਕਾਰ ਸਿਰਫ ਇਹ ਦਿਖਾਉਣਾ ਚਾਹੁੰਦੀ ਆ ਰੋਂਦਿਆਂ ਦੇ ਅਥਰੂ ਭਜਾਉਣ ਵਾਲੀ ਗੱਲ ਆ ਵੀ ਲਓ ਜੀ ਅਸੀਂ ਤਾਂ ਗੱਲਬਾਤ ਕਰਨ ਨੂੰ ਤਿਆਰ ਹਾਂ ਅਸਲ 'ਚ ਜੇ ਸਰਕਾਰ ਜਿਹੜੀ ਆ ਅੰਦਰੋਂ ਮਨੋਂ ਜਿਹੜੀ ਆ ਇਸ ਮਸਲੇ ਨੂੰ ਕਿਸੇ ਪਾਸੇ ਲਾਉਣ ਦੇ ਮਨ ਦੇ ਵਿੱਚ ਨਹੀਂ ਅਜੇ ਵਿਖਾਵਾ ਹੀ ਆ 3 ਤਰੀਕ ਦਾ ਜਿਹੜਾ ਸੱਦਾ ਉਹਨੂੰ ਅਸੀਂ ਸਰਕਾਰ ਦੀ ਇੱਕ ਗੈਰ ਜ਼ਿੰਮੇਵਾਰ ਕਾਰਵਾਈ ਜਿਹੜੀ ਆ ਉਹ ਸਮਝਦੇ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਕਿਹਾ ਗਿਆ ਵਾ ਕਿ ਕਿਸਾਨਾਂ ਦੇ ਸੰਦੇਸ਼ ਦਿੱਤਾ ਗਿਆ ਵਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਕਿਸਾਨਾਂ ਦਾ ਰਾਸ਼ਨ ਦੇਖਭਾਲ ਜਿਹੜੀ ਆ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਕੀ ਕਹਿਣਾ ਚਾਹੋਗੇ ਦੇਖੋ ਇੱਥੇ ਪੰਜਾਬ 'ਚ ਵੀ ਜਦੋਂ 1 ਅਕਤੂਬਰ ਦਾ ਲਗਾਤਾਰ ਅੰਦੋਲਨ ਚੱਲ ਰਿਹਾ ਤਾਂ ਪੰਜਾਬ 'ਚ ਵੀ ਸ਼੍ਰੋਮਣੀ ਕਮੇਟੀ ਵੱਲੋਂ ਬਿਆਨ ਆਇਆ ਸੀ ਪ੍ਰਧਾਨ ਜੀ ਵੱਲੋਂ ਆਇਆ ਸੀਗਾ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ਵੱਲੋਂ ਵੀ ਜਿੱਥੇ ਜਿੱਥੇ ਮੋਰਚੇ ਲੱਗਣਗੇ ਉੱਥੇ ਸ਼੍ਰੋਮਣੀ ਕਮੇਟੀ ਜਿਹੜਾ ਲੰਗਰ ਪਹੁੰਚਾਊਗੀ ਪਰ ਕਿਤੇ ਨਹੀਂ ਪਹੁੰਚਾਇਆ ਅਸੀਂ ਪਿਛਲੇ 53-54 ਦਿਨ ਤੋਂ ਉੱਥੇ ਸ਼ਵੇਤ ਮਲਕ ਦੇ ਘਰ ਕੇ ਮੋਰਚਾ ਲਾ ਕੇ ਬੈਠੇ ਹਾਂ ਬਟਾਰੀ ਮੋਰਚਾ ਲਾ ਕੇ ਬੈਠੇ ਹਾਂ ਸਾਡੇ ਤਾਂ ਕਿਤੇ ਸ਼੍ਰੋਮਣੀ ਕਮੇਟੀ ਨੇ ਕੋਈ ਲੰਗਰ ਨਹੀਂ ਪਹੁੰਚਾਇਆ ਉਹ ਇਹ ਸਿਰਫ ਇੱਕ ਹਮਦਰਦੀ ਕਿਸਾਨਾਂ ਦੀ ਹਮਦਰਦੀ ਜਿੱਤਣ ਦਾ ਹੀ ਜਿਹੜਾ ਉਹ ਉਹਨਾਂ ਦਾ ਯਤਨ ਆ ਹੋਰ ਇਹ ਤੋਂ ਵੱਧ ਕੋਈ ਗੱਲ ਨਹੀਂ ਹੈਗੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਕਰਕੇ 30 ਜਥੇਬੰਦੀਆਂ ਵੱਲੋਂ ਕਿਸਾਨਾਂ ਵੱਲੋਂ ਜਿਹੜਾ ਵਾ ਉਹ ਰੇਲਾਂ ਚਲਾਉਣ ਦਾ ਫੈਸਲਾ ਲਿਆ ਗਿਆ ਸੀ ਆਰਥਿਕ ਹਾਲਤ ਨੂੰ ਵੇਖਦਿਆਂ ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜਿਹੜਾ ਵਾ ਉਹ ਪੈਸੰਜਰ ਟ੍ਰੇਨਾਂ ਨੂੰ ਨਾ ਚੱਲਣ ਦਿਆ ਕਿਹਾ ਵਾ ਜੀ ਇਹ ਉਹਨਾਂ ਦਾ ਗਲਤ ਫੈਸਲਾ ਜੀ ਅਤੇ ਪੰਜਾਬ ਦੀਆਂ ਜਿਹੜੀਆਂ ਸਮੁੱਚੀਆਂ ਜਥੇਬੰਦੀਆਂ ਨੇ ਉਹ 31 ਦੀਆਂ 31 ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੇ ਪੰਜਾਬ ਦੇ ਨੁਕਸਾਨ ਨੂੰ ਵੇਖਦੇ ਹੋਏ ਰੇਲਾਂ ਚਲਾਉਣ ਦਾ ਜਿਹੜਾ ਉਹ ਪੈਸੰਜਰ ਚਲਾਉਣ ਦਾ ਫੈਸਲਾ ਕੀਤਾ ਉਸ ਤਰ੍ਹਾਂ ਮਾਲ ਗੱਡੀਆਂ ਦੇ ਪੂਰਾ 1 ਮਹੀਨਾ ਪਿਛਲੀ 22 ਤਰੀਕ ਦਾ ਚਲਾਉਣ ਦਾ ਫੈਸਲਾ ਕੀਤਾ ਉਹਦੇ ਸਰਕਾਰ ਨੇ ਪੰਜਾਬ ਦੀ ਘੇਰਾਬੰਦੀ ਕਰਨ ਲਈ ਨਹੀਂ ਚਲਾਈਆਂ ਤਾਂ ਜਥੇਬੰਦੀਆਂ ਨੇ ਪੈਸੰਜਰ ਵੀ ਚਲਾਉਣ ਦਾ ਐਲਾਨ ਕਰ ਦਿੱਤਾ ਕਿਉਂਕਿ ਪੰਜਾਬ ਦੇ ਅੰਦਰ ਮਹਿੰਗਾਈ ਵੱਧ ਰਹੀ ਕਿਸਾਨਾਂ ਨੂੰ ਯੂਰੀਆ ਖਾਦ ਨਹੀਂ ਮਿਲ ਰਹੀ ਵਪਾਰੀ ਜਿਹੜੇ ਆ ਉਹ ਲਗਾਤਾਰ ਇਹ ਗੱਲ ਆ ਸਾਨੂੰ ਕਹਿ ਰਿਹਾ ਸੀ ਵੀ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਅਤੇ ਇਹਨਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਇਸ ਗੱਲ ਦੇ ਨਾਲ ਕਿਸਾਨ ਅੰਦੋਲਨ ਜਿਹੜਾ ਉਹਦਾ ਨੁਕਸਾਨ ਹੋਊਗਾ ਪੰਜਾਬ ਦੇ ਲੋਕਾਂ ਨੂੰ ਅਸੀਂ ਨਾਲ ਲੈ ਕੇ ਚੱਲਣਾ ਹੈ ਇਹਦਾ ਅਸਰ ਸਿੱਧਾ ਅੰਮ੍ਰਿਤਸਰ ਦੇ ਵਪਾਰੀਆਂ 'ਤੇ ਪਊਗਾ ਬਾਕੀ ਪੰਜਾਬ 'ਚ ਤਾਂ ਰੇਲਾਂ ਚੱਲ ਜਾਣਗੀਆਂ ਉਹਨਾਂ ਵਪਾਰੀਆਂ ਦਾ ਠੀਕ ਹੋ ਜੂ ਸਾਰਾ ਕੁਝ ਪੰਜਾਬ ਦੇ ਕਿਸਾਨਾਂ ਪੰਜਾਬ ਦਾ ਵਪਾਰੀ ਸੋਰੀ ਅੰਮ੍ਰਿਤਸਰ ਦਾ ਜਿਹੜਾ ਵਪਾਰੀ ਆ ਉਹਨੂੰ ਸਾਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਉਹ ਇਸ ਫੈਸਲੇ ਨੂੰ ਜਿਹੜਾ ਮੁੜ ਵਿਚਾਰ ਕਰਨ ਅਤੇ ਰੇਲ ਜਿਹੜੀ ਆ ਉਹਨੂੰ ਚੱਲਣ ਦੇਣ 15 ਦਿਨ ਦਾ ਅਲਟੀਮੇਟਮ ਦਿੱਤਾ ਹੋਇਆ ਸਰਕਾਰ 'ਚ ਨਾ ਮਸਲਾ ਹੱਲ ਕਰੂ ਆ ਉਹ ਮੋਰਚਾ ਲਾਉਣ ਦਿੱਲੀ ਜਾ ਰਿਹਾ ਉਹ ਵੀ ਆਉਣ ਇਹ ਅਸੀਂ ਸਮਝਦੇ ਵੀ ਇਹ ਉਹਨਾਂ ਦੀ ਥੋੜ੍ਹੀ ਆਪਾ ਚਮਕਾਊ ਕਾਰਵਾਈ ਆ ਲਾਈਮ ਲਾਈਟ 'ਚ ਆਉਣ ਦੀ ਕਾਰਵਾਈ ਆ ਪਰ ਐਡੇ ਵੱਡੇ 500 ਜਥੇਬੰਦੀਆਂ ਦਾ ਕਿਸਾਨ ਅੰਦੋਲਨ ਦੇਸ਼ ਪੱਧਰੀ ਹੋਣ ਜਾ ਰਿਹਾ ਉਹਨਾਂ 'ਚ ਬਹੁਤ ਸਾਰੀਆਂ ਜਥੇਬੰਦੀਆਂ ਇੱਦਾਂ ਦੀਆਂ ਜਿਹਨਾਂ ਦਾ ਪੂਰੇ ਦੇਸ਼ 'ਚ ਤਾਣਾ ਬਣਾ ਹੈ ਸੋ ਇੱਕ ਛੋਟੀ ਜਿਹੀ ਜਥੇਬੰਦੀ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਪੰਜਾਬ ਦੇ ਵੀ 5-6 ਜ਼ਿਲ੍ਹਿਆਂ ਦੀ ਜਥੇਬੰਦੀ ਹੋ ਸਕਦੀ ਆ
वो सारे देश का मामला वो कल तो हल कराने के वास्ते गल नहीं हैगी। इस करके उस इस अंदोलन का हिस्सा बने अपन वक्रिया कार्रवाइया जी रोकया जाता उत्थे पक्का मोर्चा लगेगा, लगातार पक्का मोर्चा जिहड़ा वो लगा रहेगा। किसान जथेबंदी अगली रणनीति अपनी अगली मीटिंग जी करके वह तय कर। मेरा नाम गुरिकपाल सिंह जी। जिहड़ा दिल्ली जाने की तैयारी की की कहना चाहूंगा? मैं उच्ची बोलो थोड़ा समझ लो। मैं जिहड़ा दिल्ली जाया जा रहा की कहना चाहूंगा? असीं दिल्ली जा रहे हैं जी, जो साडियां जमीनां दे उत्ते इन्हां दा मतलब एक पंजा जमाउण दी कोशिश है। साडी रोटी नूं हथ पिया, साडे गले नूं हथ पिया और साडे चुल्हे नूं हथ पिया जी, ते असीं इह नहीं पैण देणा। सानू उहदे लई जो मर्जी करना पवे असीं करन नूं तैयार हैं जी। पर हरियाणा सरकार वालों कहा गया वा कि जिहड़ा पंजाब दे किसान जिहड़े दिल्ली जा रहे उन्हां नूं सुनो बैरियर ते ही रोकिया जाएगा, अगे जाण नहीं इजाजत। हाँ बिल्कुल, क्योंकि जिहड़ी शासक हुंदी है जिहड़े राज करदा पार्टी हुंदी उन्होंने तो अपना जोर लाउणा हुंदा। पर मैं एक गल कहनी चाहुंदा वा, चमचागिरी की भी हद हुंदी आ। खट्टड़ भी तो रोटी किसानां दी खा रहा ना, पक्की अक्सर नूं ढिड च जो पाउंदा साडी पक्की साडी पैदा कीती खा रहा, तो उहनूं थोड़ा बहुत सोचना चाहीदा इहदे बारे। ठीक है, बिना शक कोई किसी भी पार्टी का हो, पर इस मौके उन्होंने किसानों के नाल खड़ना चाहिए सी, थोड़ी बहुत किसानों वाल की गल करनी चाहिए सी। खैर नहीं की, कोई गल नहीं, सानू इस गल की परवाह कोई नहीं हैगी। असी एक दो जां चार जां पांच दिन का राशन लैके नहीं, सारा प्रबंध करके आए हैं। जिन्ना चिर आर पार की लड़ाई है, जिन्ना चिर गल के बन्ने नहीं लगती, असी वापस मुड़न वाले नहीं जी। जे गल की जाए कि शंभू बैरियर से बैरीकेडिंग की गई है, कि लगता तुम दिल्ली जा पाओगे? ना जान दिता जाए, क्योंकि असी तो मैं तो पहला कह दिंदा, क्योंकि जी सरकार है वो डक सकती है, कुछ भी कर सकती है। सरकार जो आ ही सानू मारन ते गई तो मरना ही है, फिर अं उ जाके मरेंगे। घर बैठे क्यों मरीए जी, बिस्तरे च भी तो मरना ही है, फिर उत्थे जाके मरेंगे, लड़ांगे। असी 60 दिन हो गए अगे धरने लाए नू जी, मोदी सरकार दे कंधे कोई जूनी डिड़ गई, तुहानू लगता कि तुहानू शंभू उत्थे दिल्ली जाके मोदी सरकार दी? वेखो जी, जी जनता हुंदी है ना जी, इहदे अगे बड़ियां बड़ियां सरकारां चुकियां ने, पिछला इतिहास भी फोल के वेखो सारा कुछ हो जाता। हाँ ठीक है, थोड़ा अड़ियल है, तो अड़ियल घोड़ा काबू करना किसानों ने चंगी तरह आता। पहला भी ताड़ी मीटिंग हो चुकी है केंद्र सरकार के नाल, फिर 3 तरीक का जरा केंद्र सरकार ने सदा दिता, क्या लगता कि कोई सिटा निकला नहीं? नहीं, ये जी 3 तरीक का हैगा ना जिहड़ा, ये तो एक किस्म दियाँ उन्होंने कह लो कि मतलब गोडे लगन दियाँ निशानियां ने। ठीक है, उन्होंने लगता है, उन्होंने ये सोचा कि जे आज जिहड़ा असीं चले हाँ, जे असीं उन्होंने जाके नप लिया तो वह पता नहीं डर गए ने, उन्होंने डरन दियाँ निशानियां ने कि सानू हुण 3 तरीक नूं जे पहला इन्नियां उन्होंने मीटिंगां कीतियां तो उहदे विचां तो उन्होंने सानू किसानां दी गल दा जवाब उन्होंने नहीं आया जी, जिहड़े उत्थे आए अगों बोल नहीं सके। काकू जिथे बंदे आणे सी एम नाल मीटिंग करके जिहड़े अपना रेल रोको अंदोलन नूं बंद कर दिता गया, माल गड्डियां ते पसेंजर गड्डियां चला दिंदे। अंबरसर च किसान जथेदार मजदूर संघर्ष कमेटी वालों सिर्फ पसेंजर गड्डिया बंद की गई, माल गड्डिया चलाने गए, की कहना चाहते हैं? वेखो वो उन्होंने एक वक्री पार्टी है, मैं जमहूरी किसान सभा पंजाब तो हाँ जी, वो उन्होंने वक्री पार्टी का कोई होएगा मसला, वो बारे मैं कुछ नहीं कहना चाहता। नहीं ना फर्क पेगा बाकी किसान जथेबंदियां जो सहमति देती है? हाँ, जदों कोई भी अपना संघर्ष के कोई पार्टी डायवर्शन लै लेंदी वक्रा तो फर्क तो थोड़ा बहुत शायद पेगा ही। मेहरबानी।